ਤੁਸੀਂ ਬੜਾ ਪਿਆਰ ਕਰਦੇ ਹੋ, ਪੰਜਾਬੀਆਂ ਦੇ ਬੜੇ ਨਾਮਵਾਰ ਗਾਇਕ, ਸਾਡਾ ਛੋਟਾ ਭਰਾ ਸਿੱਧੂ ਮੂਸੇਵਾਲਾ ਸਾਹਿਬ, ਉਹ ਤੁਹਾਡੇ ਹੱਥਾਂ ਨੇ ਆਪਣੀ ਯਾਦ ਲਿਆਉਣਗੇ ਸਿੱਧੂ ਮੂਸੇਵਾਲਾ ਸਾਹਿਬ। ਕੋਈ ਗਾਣਾ ਗੁਣਾ ਵੀ ਸੁਣਨਾ ਸੀਗਾ, ਜੁੜਦਾ ਸੋਹਣੀ ਹੈਗੀ ਹੈ ਤੋ ਸਾਰਿਆਂ ਤੋਂ ਪਹਿਲਾਂ ਮੈਂ ਤੁਹਾਨੂੰ ਪਹਿਲੀ ਦੱਸ ਦਿੰਦਾ, ਮੈਂ ਥੋੜ੍ਹਾ ਹੌਲੀ ਬੋਲੂੰਗਾ ਕਿਉਂਕਿ ਹੁਣ ਗਾਉਣ ਗਾਉਣ ਨਾਲ ਬੋਲਣਾ ਵੀ ਪੈਂਦਾ ਅਤੇ ਗਲਾ ਗੁਲਾ ਜਿਹਾ ਬੈਠਾ ਹੋਇਆ ਮੇਰਾ। ਸੋ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਮੁੱਖ ਮੰਤਰੀ ਸਾਹਿਬ ਚੰਨੀ ਸਾਹਿਬ ਜੀ ਅਤੇ ਰੰਧਾਵਾ ਸਾਹਿਬ ਦਾ, ਸਾਡੇ ਬੜੇ ਭਰਾ ਰਾਜਾ ਬਣ ਗਿਆ। ਰੈਲੀ ਪਹਿਲੀ ਰੈਲੀ ਹੈ, ਪਹਿਲੀ ਵਾਰ ਬੋਲਣ ਲੱਗੇ ਹਾਂ ਅਤੇ ਪਹਿਲੀ ਵਾਰੀ ਮੈਂ ਸਪੀਚ ਨਿਕਲਣ ਲੱਗ ਗਿਆ ਅਤੇ ਨਾ ਮੈਂ ਉਸ ਤਰੀਕੇ ਨਾਲ ਬੋਲਦਾ। ਮੈਂ ਸਿਰਫ ਤੁਹਾਡੇ ਨਾਲ ਦੋ ਤਿੰਨ ਦਿਲ ਦੀਆਂ ਗੱਲਾਂ ਕਰਨੀਆਂ, ਚੰਗੀਆਂ ਲੱਗੀਆਂ ਹੱਥ ਖੜੇ ਕਰਕੇ ਹਾਂ ਨਾਰਾ ਦੇ ਦਿਓ, ਨਹੀਂ ਚੰਗੀਆਂ ਲੱਗੀਆਂ ਸਤਿ ਸ਼੍ਰੀ ਅਕਾਲ ਬਾਰ ਲਿਓ, ਕੁਰਸੀ ਫਿਰ ਆਰਾਮ ਨਾਲ ਬੈਠੂ ਮਿਲ ਜਾਏਗੀ, ਠੀਕ ਹੈ ਜੀ। 6 ਦਸੰਬਰ ਨੂੰ ਮੈਂ ਕਾਂਗਰਸ ਪਾਰਟੀ ਜੁਆਇਨ ਕਰੀ, ਬੜੇ ਲੋਕਾਂ ਨੇ ਸਵਾਲ ਚੱਕੇ, ਤੇਰਾ 15 ਵਧੀਆ ਕੰਮ ਚੱਲਦਾ ਸੀ, ਤੈਨੂੰ ਕੀ ਲੋੜ ਸੀ ਇੱਥੇ ਆਉਣ ਦੀ, ਯਾਰ ਤੇਰੇ ਕੋਲ ਚੰਗੇ ਪੈਸੇ ਸੀ, ਘਰ ਪਾ ਲਿਆ ਸੀ, ਜ਼ਮੀਨ ਬਣਾਉਣੀ ਸੀ, ਬੇਬੇ ਬਾਪੂ ਤੇਰੇ ਖੁਸ਼ ਸੀ, ਤੈਨੂੰ ਇਸ ਕਿੱਤੇ 'ਚ ਆਉਣ ਦੀ ਲੋੜ ਕੀ ਸੀ। ਉਹ ਤੋਂ ਬਾਅਦ ਮੈਂ 3-4 ਦਿਨ ਲੋਕਾਂ ਦੇ ਵਿਚਾਰ ਸੁਣੇ, ਜਿੰਨਾ ਕੁ ਮੈਥੋਂ ਹੋ ਸਕਿਆ ਮੈਂ ਉਹਨਾਂ ਦੇ ਰਿਵਿਊ ਪੜ੍ਹੇ ਕਿ ਉਹ ਕੀ ਕਹਿ ਰਹੇ ਨੇ, ਕੀ ਉਹ ਉਹਨਾਂ ਦੇ ਵਿਚਾਰ ਨੇ। ਪਰ ਮੈਂ ਸਾਰਾ ਕੁਛ ਦੇਖ ਕੇ ਜਦੋਂ ਮੈਂ ਡਿੱਠਾ ਕੀਤਾ, ਮੈਂ ਕਨਕਲੂਜ਼ਨ ਕੱਢਿਆ। ਕਨਕਲੂਜ਼ਨ ਕੀ ਸੀ ਵੀ ਇਸ ਫੀਲਡ ਨੂੰ, ਰਾਜਨੀਤਿਕ ਫੀਲਡ ਨੂੰ ਅਸੀਂ ਲੋਕਾਂ ਨੇ ਇੰਨਾ ਕੁ ਬਦਨਾਮ ਕਰਤਾ, ਇੰਨਾ ਕੁ ਇਹਦੇ 'ਤੇ ਧੱਬੇ ਲਾ ਕੇ ਦਾਗ ਲਾ ਕੇ ਕਿ ਜਦੋਂ ਕੋਈ ਵੀ ਬੰਦੇ ਇਹਦੇ ਵਿੱਚ ਪ੍ਰਦਰਸ਼ਨ ਚਾਹੁਣ ਦੀ ਕੋਸ਼ਿਸ਼ ਕਰਦਾ, ਲੋਕ ਉਹਦੇ ਕਿੰਤੂ ਪਰੰਤੂ ਕਰਦੇ ਆ। ਪਰ ਪਰਸੋਂ ਚੌਥੇ ਸੁਖਬੀਰ ਬਾਦਲ ਸਾਹਿਬ ਆਏ ਸਾਡੇ ਮਾਨਸਾ ਪ੍ਰਚਾਰ ਕਰਨ ਰੈਲੀ ਕਰਨ, ਮੈਨੂੰ ਲੱਗਦਾ ਵੀ 2017 ਤੱਕ ਜਾਂ 18 ਤੱਕ ਉਹਨਾਂ ਨੇ ਮੇਰਾ ਕਦੇ ਨਾਮ ਵੀ ਨਹੀਂ ਸੁਣਿਆ ਹੋਣਾ, ਨਾ ਕੈਪਟਨ ਸਾਹਿਬ ਮੈਨੂੰ ਜਾਣਦੇ ਹੋਣੇ। ਜਿੱਦਣ ਮੈਂ ਕਾਂਗਰਸ ਪਾਰਟੀ ਜੁਆਇਨ ਕੀਤੀ, ਸਭ ਤੋਂ ਪਹਿਲਾਂ ਕੈਪਟਨ ਸਾਹਿਬ ਦਾ ਬਿਆਨ ਆਇਆ, ਕਹਿੰਦਾ ਜੀ ਤੁਸੀਂ ਗੈਂਗਸਟਰ ਪਾਰਟੀ ਕਿਤੇ ਨਾਲ ਲੱਗ ਗਏ, ਇਹਨਾਂ ਨੇ ਆਹ ਕਰ ਦੇਣਾ, ਇਹਨਾਂ ਨੇ ਉਹ ਕਰ ਦੇਣਾ। ਉਦੋਂ ਮੈਂ ਉਹਨਾਂ ਤੋਂ ਇੱਕ ਕੁਸ਼ਚਨ ਪੁੱਛਿਆ, ਮੈਂ ਕੈਪਟਨ ਸਾਹਿਬ ਹੁਣ ਤੱਕ ਤਾਂ ਗੈਂਗਸਟਰ ਪਾਰਟੀ 'ਚ ਨਹੀਂ ਸੀ, 2017 ਤੋਂ ਲੈ ਕੇ 2021 ਤੱਕ ਤੁਸੀਂ ਤਾਂ ਬਹੁਤ ਸਿਆਣੇ ਸੀ, ਬਹੁਤ ਸੂਝਵਾਨ ਸੀ, ਤੁਸੀਂ ਮੁੱਛਾਂ ਨੂੰ ਬੰਨੇ ਲਈ ਗਏ, ਤੁਸੀਂ ਕਿਆ ਕਰਤਾ, ਹੈ ਕਿ ਨਹੀਂ ਗੱਲ। ਉਹ ਤੋਂ ਬਾਅਦ ਕੱਲ੍ਹ ਮਾਨਯੋਗ ਸੁਖਬੀਰ ਬਾਦਲ ਸਾਹਿਬ ਬੋਲ ਕੇ ਗਏ, ਕਹਿੰਦਾ ਜਿਹੜਾ ਆਹ ਕਲਾਕਾਰ ਹੈ, ਕਹਿੰਦਾ ਹੁਣ ਕਾਂਗਰਸੀ ਕਲਾਕਾਰਾਂ ਨੂੰ ਪਾਰਟੀ ਚਲਾਉਣ ਲੱਗ ਗਏ, ਇਹ ਕਾਂਗਰਸੀ ਹੁਣ ਕਲਾਕਾਰਾਂ ਤੋਂ ਪ੍ਰਚਾਰ ਕਰਾਉਣਗੇ, ਇਹ ਕਲਾਕਾਰਾਂ ਨੇ ਕੀ ਕਰਨਾ, ਕਹਿੰਦਾ ਇਹਨੂੰ ਸਰਕਾਰ ਬਣਾਓ, ਹਰੇਕ ਮਹੀਨੇ ਮੈਂ ਕਲਾ ਲਵਾਇਆ ਕਰੂੰ ਇਹ ਤੋਂ। ਮੈਂ ਕਹਿੰਦਾ ਜੀ ਇੰਟਰਵਿਊ ਸੁਣੀ, ਫਿਰ ਮੈਂ 10 ਮਿੰਟ ਗੱਲਾਂ ਬਹਿ ਕੇ ਹੱਸਿਆ, ਮੈਂ ਕਿਹਾ ਭੜੂਆ ਜੇ ਕਲਾ ਲਵਾਉਣਾ ਤਾਂ ਮੈਨੂੰ ਇੱਕ ਵਾਰੀ ਨੰਬਰ 'ਤੇ ਫੋਨ ਕਰਦਾ, ਮੈਂ ਹੁਣੇ ਤੁਹਾਨੂੰ ਪੈਸੇ ਧਰ। ਖਾਣਾ ਲਾਉਣਾ, ਖਾਣਾ ਲਾਉਣਾ ਕਿਰਤ ਕਰਨੀ ਸਾਡਾ ਕੰਮ ਹੈ। ਦੂਜੀ ਗੱਲ ਉਹਨਾਂ ਨੇ ਕਿਹਾ, ਕਹਿੰਦੇ ਇਹ ਕਲਾਕਾਰ ਕਿੱਥੋਂ ਨੌਕਰੀ ਕਰ ਲੈਣਗੇ, ਮਾਂ ਦੇ ਢਿੱਡੋਂ ਕੋਈ ਚਿੱਟਾ ਲੈ ਕੇ ਨਹੀਂ ਜਾਂਦਾ ਜੀ। 2012 ਦੇ ਵਿੱਚ ਜਿਵੇਂ ਮੇਰੇ ਵੱਡੇ ਭੈਣ ਜੀ ਕਹਿ ਰਹੇ ਸੀ, ਰਾਜਾ ਬਣੇ ਨੂੰ ਮੈਨੂੰ ਦੱਸਦਾ ਹੁੰਦਾ ਸੀ ਬਾਰੇ, ਕਹਿੰਦਾ ਸਿੱਧੂ ਜਦੋਂ ਮੈਂ ਸਿਆਸਤ ਸ਼ੁਰੂ ਕੀਤੀ ਹੈ ਨਾ, ਕਹਿੰਦਾ ਮੈਂ ਆਪਦੀ ਕੁਰਸੀ ਘਰੋਂ ਲੈ ਕੇ ਆਉਂਦਾ ਹੁੰਦਾ ਸੀ, ਤੇ ਇੱਕ ਇੰਸਪੀਰੇਸ਼ਨ ਹੈ ਮੇਰਾ ਭਾਈ ਹੈ, ਕੁਛ ਜੋ ਬਿਲਕੁਲ ਇਸ ਫੀਲਡ 'ਚ ਮੈਂ ਸਿੱਖ ਰਿਹਾ ਇਹਦੀ ਵਜ੍ਹਾ ਕਰਕੇ ਹੈ। ਤੇ ਬਾਦਲ ਸਾਹਿਬ ਕਹਿੰਦੇ ਕਲਾਕਾਰ ਸਿਆਸਤ 'ਚ ਕੀ ਕੰਮ, ਮੈਂ ਛੋਟੀ ਜਿਹੀ ਐਗਜ਼ਾਮਪਲ ਯਾਦ ਕਰਾਉਣੀ ਚਾਹੁੰਦਾ ਤੁਹਾਨੂੰ। ਅੱਜ ਤੋਂ 10-12 ਸਾਲ ਪਹਿਲਾਂ ਸੰਸਦ ਦੇ ਵਿੱਚ ਨਾ ਚੰਨੀ ਸਾਹਿਬ ਨੇ ਇੱਕ ਗੱਲ ਕਹੀ ਸੀ ਖੜੇ ਹੋ ਕੇ, ਉਹ ਕਹਿੰਦੇ ਕੈਪਟਨ ਸਰਕਾਰ ਨੇ ਕੀ ਕੀ ਕੰਮ ਕਰਵਾਏ, ਚੰਨੀ ਸਾਹਿਬ ਨੇ ਉਹਨਾਂ ਦਾ ਜਵਾਬ ਦਿੱਤਾ, ਸਾਰੀ ਪਾਰਟੀ ਨੇ ਉਹਨਾਂ ਦੇ ਸਾਰੇ ਬੰਦਿਆਂ ਨੇ, ਈਵਨ ਮੁੱਖ ਮੰਤਰੀ ਸਾਹਿਬ ਬਾਦਲ ਸਾਹਿਬ, ਮੈਂ ਸਾਹਿਬ ਦੀ ਗੱਲ ਕਰਦਾ ਕਿਉਂਕਿ ਵੱਡੇ ਨੇ ਮੈਥੋਂ, ਮੈਂ ਸ਼ਬਦ ਨਹੀਂ ਬੋਲਣਾ ਚਾਹੁੰਦਾ ਕਿਸੇ ਬਾਰੇ, ਉਹਨਾਂ ਨੇ ਕੀ ਕੀਤਾ, ਚੰਨੀ ਸਾਹਿਬ ਦਾ ਮਜ਼ਾਕ ਉਡਾਇਆ, ਹੱਸੇ, ਉਹ ਵੀਡੀਓ ਬਹੁਤ ਵਾਇਰਲ ਹੋਈ,
ਕਿ ਉਦੋਂ 5 ਸਾਲ ਬਾਅਦ ਕੀ ਹੋਇਆ, ਉਹੀ ਚੰਨੀ ਸਾਹਿਬ ਉਹੀ ਜਿਹਨਾਂ ਦਾ ਮਜ਼ਾਕ ਕਰਦੇ ਸੀ ਮੁੱਖ ਮੰਤਰੀ ਬਣ ਕੇ ਟੱਕਰੇ ਉਹਨਾਂ ਨੂੰ। ਸੋ ਇਹ ਬਹੁਤ ਬੜੀ ਐਗਜ਼ਾਮਪਲ ਹੈ ਇੱਥੇ ਕਿਹੜਾ ਬੰਦਾ ਕਦੋਂ ਤੁਹਾਨੂੰ ਕੀ ਬਣ ਕੇ ਟੱਕਰਦਾ। ਇਹ ਕਿਸੇ ਨੇ ਇੱਥੇ ਗਦਾਵਾ ਨਹੀਂ ਕਰਿਆ ਹੋਇਆ ਵੀ ਕੌਣ ਮੁੱਖ ਮੰਤਰੀ ਬਣੋ, ਕੌਣ ਇੱਥੇ MLA ਬਣੋ, ਇਹ ਤੁਸੀਂ ਬਣਾਉਂਦੇ ਹੋ। ਬਾਦਲ ਸਾਹਿਬ ਤੁਸੀਂ ਮੇਰੇ ਬਹੁਤ ਬੜੇ ਹੋ, ਰਿਸਪੈਕਟਡ ਹੋ। ਪਹਿਲਾਂ ਤਾਂ ਮੈਂ ਥੋੜ੍ਹਾ ਜਿਹਾ ਜਿੰਨਾ ਚਿਰ 10-15 ਦਿਨ ਮੈਨੂੰ ਪਤਾ ਸੀ ਮੈਂ ਛੋਟਾ, ਮੈਂ ਧਿਆਨ ਨਾਲ ਬੋਲ ਰਿਹਾ ਸੀ, ਪਰ ਹੌਲੀ ਹੌਲੀ ਰਾਜੇ ਬਾਜ ਇੰਸਟਰਕਸ਼ਨ ਹੁੰਦੇ ਆ, ਇਹਨਾਂ ਦੀ ਸੰਗਤ ਹੋਈ, ਸਾਰਿਆਂ ਦੀ ਤੁਹਾਡੇ ਸਾਰਿਆਂ ਨਾਲ ਮੇਰੇ ਮਿਲਾਪ ਹੋਇਆ ਅਤੇ ਸਿੱਖਿਆ ਕਿ ਇਹ ਬੋਲੇ ਬਿਨਾਂ ਠੀਕ ਨਹੀਂ ਹੁੰਦੇ। ਸੋ ਬਾਦਲ ਸਾਹਿਬ ਮੈਂ ਕਲਾਕਾਰ ਹਾਂ, ਕਲਾਕਾਰ ਰਹੂੰਗਾ, ਉਹਦੇ ਨਾਲ ਨਾਲ ਮੈਂ ਇੱਕ ਆਮ ਘਰ ਦਾ ਪੁੱਤ ਹਾਂ। ਮੇਰੇ ਬਾਪ ਕੋਲ 7 ਕਿੱਲੇ ਜ਼ਮੀਨ ਸੀ, ਮੈਂ ਕੋਈ ਉਹ ਬੱਸਾਂ 'ਚ ਲਾ ਕੇ ਨਹੀਂ ਬਣਾਈ, ਮਿਹਨਤ ਕੀਤੀ ਹੈ, ਹੱਕ ਦੀ ਰੋਟੀ ਕਮਾਈ ਹੈ, ਸਾਰੀ ਦੁਨੀਆਂ ਜਾਣਦੀ ਹੈ ਨਾਮ ਮੇਰਾ। 2017 ਦੇ ਵਿੱਚ ਫੀਲਡ ਦੇ ਵਿੱਚ ਆਇਆ ਸੀ, ਉਹ ਕਹਿੰਦੇ ਨਹੀਂ ਹੁੰਦੇ ਭਈਆਂ ਦੇ ਭਤੀਜੇ ਵਾਂਗੂ ਮਾਨਣਾ, 4 ਸਾਲਾਂ ਦੇ ਵਿੱਚ ਮਾਨ ਕੇ ਰੱਖਤੀ, ਇਹ ਨਹੀਂ ਪਤਾ ਅਗਲੀ ਵਾਰੀ ਤੁਹਾਨੂੰ ਮੈਂ ਵੀ ਕੀ ਬਣ ਕੇ ਟੱਕਰਾਂ। ਸੋ ਕਦੇ ਵੀ ਕਿਸੇ ਆਦਮੀ ਨੂੰ ਸ਼ਾਇਦ ਉਹਦੀ ਉਮਰ ਛੋਟੀ ਹੋ ਸਕਦੀ ਹੈ, ਸ਼ਾਇਦ ਉਹਦਾ ਕਿਰਦਾਰ ਹਜੇ ਇੰਨਾ ਉੱਪਰ ਨਹੀਂ ਹੋਇਆ ਹੋਣਾ, ਪਰ ਕਦੇ ਵੀ ਕਿਸੇ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ। 2012 ਦੇ ਵਿੱਚ ਜੇ ਰਾਜਾ ਬਾਈ ਇੱਥੇ ਖੜਾ ਸੀ, 2021 ਦੇ ਵਿੱਚ ਇੱਥੇ ਸਿੱਧੂ ਮੂਸੇਵਾਲਾ ਖੜਾ, ਅਤੇ 2027 ਦੇ ਵਿੱਚ ਇਹਨਾਂ ਤੁਹਾਡੇ ਸਾਰਿਆਂ 'ਚ ਕੋਈ ਨਾ ਕੋਈ ਇੱਥੇ ਖੜਾ ਹੋ ਸਕਦਾ, ਠੀਕ ਹੈ ਨਾ ਜੀ। ਤੁਸੀਂ ਜਿੰਨੇ ਮੇਰੇ ਯੰਗ ਵੀਰ ਭਰਾ 'ਚ ਬੈਠੇ ਹੋ, ਮੈਂ ਤੁਹਾਨੂੰ ਬਸ ਇੱਕੋ ਹੀ ਗੱਲ ਕਹਿਣੀ ਚਾਹੁੰਦਾ, ਇਹ ਮੇਰਾ ਵੀ ਦਿਮਾਗ ਦੇ ਵਿੱਚ ਪਾ ਲਿਓ, ਕਦੇ ਆਪਦੇ ਆਪ ਨੂੰ ਛੋਟਾ ਨਹੀਂ ਸਮਝਣਾ, ਕਿਉਂਕਿ ਇਨਸਾਨ ਹੀ ਸਭ ਤੋਂ ਬੜੀ ਚੀਜ਼ ਹੈ, ਪਰਮਾਤਮਾ ਦਾ ਕ੍ਰਿਸ਼ਨ ਹੈ। ਜੇ ਅੱਜ ਇੱਥੇ ਮੈਂ ਖੜਾ ਹੋ ਸਕਦਾ ਤਾਂ ਕੱਲ੍ਹ ਨੂੰ ਤੁਹਾਡੇ 'ਚ ਕੋਈ ਵੀ ਹੋ ਸਕਦਾ। ਗਲਤੀ ਫਾਤੀ ਕੁਛ ਗਲਤ ਬੋਲਿਆ ਗਿਆ ਹੋਵੇ ਤਾਂ ਮਾਫ਼ ਕਰਿਓ ਅਤੇ ਮੇਰੀ ਫਤਿਹ ਪ੍ਰਵਾਨ ਕਰਿਓ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਰਾਜਾ ਬਾਈ ਨੂੰ ਕਰਕੇ ਰਹੂੰ ਕੀ ਜਾਂਦਾ, ਸਿੱਧੂ ਮੂਸੇਵਾਲਾ ਨੂੰ ਮਾਣਾ ਸੁਣਾ ਕੇ ਆਇਆ ਹੋਇਆ, ਮੈਂ ਗਾਣਾ ਸੁਣਾ ਕੇ ਜਾਊਂ, ਗਾਣਾ ਨਹੀਂ ਸੁਣਾ ਕੇ ਜਾਊਂ, ਮੇਰੇ ਭਰਾ ਨੂੰ ਇੱਥੋਂ ਤਗੜਾ ਕਰੋ, ਖਾਲਾ ਲਾ ਕੇ ਜਾਊਂਗਾ ਫ੍ਰੀ। ਮੈਂ ਆਖਿਆ ਬਾਈ ਖਾਲਾ ਅੱਜ ਕਿਹੜਾ, ਮੇਰਾ ਗੋਲਾ ਪੱਕਿਆ ਹੋਇਆ, ਅਗਲੇ ਵੀ ਖਾਲਾ ਲਵਾਂਗੇ, ਜਿਹੜਾ ਕੰਮ ਹੈ ਆਪਣਾ ਅਤੇ ਅਸੀਂ ਨੱਚਾਂਗੇ। ਸੋ ਹੁਣ ਮੇਰੇ ਭਰਾ ਨੂੰ ਇੱਥੋਂ ਤਗੜਾ ਕਰੋ, ਖਾਲਾ ਲਾ ਕੇ ਜਾਊਂਗਾ ਫ੍ਰੀ। ਮੈਂ ਆਖਿਆ ਬਾਈ ਖਾਲਾ ਅੱਜ ਕਿਹੜਾ, ਮੇਰਾ ਗੋਲਾ ਪੱਕਿਆ ਹੋਇਆ, ਅਗਲੇ ਵੀ ਖਾਲਾ ਲਵਾਂਗੇ, ਜਿਹੜਾ ਕੰਮ ਹੈ ਆਪਣਾ ਅਤੇ ਅਸੀਂ ਨੱਚਾਂਗੇ। ਸੋ ਹੁਣ ਮੈਂ ਬੇਨਤੀ ਕਰਾਂਗਾ, ਮੰਚ ਤੋਂ ਮੈਂ ਹਾਜ਼ਰੀ ਲਾਉਣਾ ਸਾਹਿਬ ਸਿੰਘ ਜੀ ਭੁੰਦੜ, ਚੇਅਰਮੈਨ ਕੋਮਰੇ ਮੁਕਤਸਰ, ਪਰਵਿੰਦਰ ਸਿੰਘ ਜੀ ਲਾਡੀ।